ਆਦੀ ਇੰਡੀਆ ਵੀ ਤਸ਼ਰੀਫ ਲਿਆਉਣਾ। ਹਾਂਜੀ ਜ਼ਰੂਰ ਆਵਾਂਗੇ। ਮਰੇ ਮੈਂ ਤੇ ਵੈਸੇ ਕਿਹਾ ਸੀ। ਉਹ ਮੀਆਂ ਕਿੱਥੇ ਰਿਹਾ, ਨਜ਼ਰ ਹੀ ਨਹੀਂ ਆਇਆ। ਪੂਰੇ ਮਟਖੰਡੂ ਚ ਮੈਂ ਤੈਨੂੰ ਲੱਭਦਾ ਰਿਹਾ ਵਾਂ। ਕਿੱਧਰ ਲੱਭਦਾ ਰਿਹਾ? ਮਟਖੰਡੂ ਚ। ਖਟਮੰਡੂ ਹੁੰਦਾ ਜਨਾਬ। ਅੱਛਾ, ਕਿਸੇ ਟਾਂਗੇ ਵਾਲੇ ਨੂੰ ਪੁੱਛ ਲੈਣਾ ਸੀ। ਇਸੇ ਵਾਸਤੇ ਤੇ ਪਹਿਲੇ ਮੈਂ ਤੈਨੂੰ ਪੁੱਛਿਆ। ਦੱਸਾਂ ਫਿਰ? ਓ ਨਹੀਂ, ਬੜੀ ਖੁਸ਼ੀ ਹੋਈ ਤੁਹਾਨੂੰ ਦੋਵਾਂ ਨੂੰ ਵੇਖ ਕੇ। ਉਹ ਕੈਮਰੇ ਤੋਂ ਪਰੇ ਹੋ ਭਾਈ। ਉਹ ਮੀਆਂ ਤੇ ਹੋਲੀ ਘੁੱਟ ਯਾਰ। ਸਰ ਹੁਣ ਕੋਈ ਜੁੱਫੀ ਜੁੱਫੀ ਵੀ ਪਾਓ। ਮੀਆਂ ਨੇ ਪਾਉਣੀ ਨਹੀਂ, ਮੈਂ ਪਿਛਲੀ ਵਾਰੀ ਇਹਦੇ ਪੈਸੇ ਕੱਢ ਲਏ ਸੀ। ਓਏ ਅਸ਼ਰਫ ਗਨੀ, ਤੂੰ ਵੀ ਆ ਜਾ, ਟ੍ਰੇਨ ਬਣਾਈਏ। ਸਹੀ ਗਿਆ ਮੀਆਂ ਸਾਹਿਬ, ਬਾਕੀਆਂ ਨੂੰ ਵੀ ਸੱਦ ਲਈਏ। ਲੈ ਬਾਕੀਆਂ ਨੂੰ ਸੱਦ ਲਈਏ, ਪਾਵੇ ਪੱਕੇ। ਬਾਬਾ ਜੀ ਹੁਣ ਤੇ ਦੁਨੀਆ ਛੱਡ ਦਿਓ, ਇੰਨਾ ਕੁਝ ਵੇਖ ਲਿਆ। ਬਾਜੀ ਸੀ ਨਾ, ਕੀ ਹਾਲ ਆ? ਮੀਆਂ ਸਾਹਿਬ ਹਾਲ ਤਾਂ ਠੀਕ ਆ, ਬਸ ਨਜ਼ਰ ਕਮਜ਼ੋਰ ਹੋ ਗਈ ਆ। ਉਹ ਚੰਗੀ ਗੱਲ ਹੀ ਆ, ਗਰੀਬਾਂ ਦੇ ਦੁੱਖ ਤੇ ਨਜ਼ਰ ਨਹੀਂ ਨਾ ਹੁੰਦੇ। ਤੁਸੀਂ ਬਸ ਖਾਇਆ ਪੀਆ ਕਰੋ। ਆ ਤੁਸੀਂ ਫਰੂਟ ਦੀ ਗੱਲ ਕੀਤੀ ਆ ਨਾ, ਮਗਰ ਬਾਜੀ ਨੂੰ ਅੱਜ ਕੱਲ ਸਿਰਫ ਮੁਲਕ ਖਾਣ ਦੀ ਆਦਤ ਪਈ ਆ। ਕੋਈ ਨਹੀਂ, ਇਹ ਆਦਤ ਅਕਸਰ ਲੀਡਰਾਂ 'ਚ ਹੁੰਦੀ ਆ। ਹਾਂਜੀ ਮੈਂ ਜਾਣਦੀ ਆ ਉਹਨਾਂ ਨੂੰ ਵੀ। ਅੱਛਾ ਮੈਂ ਚੱਲਾਂ, ਬਾਬਾ ਪਰੇ ਉੱਥੇ ਲੈਣਾ ਆ ਜਾਈ।